ਕਿਸਾਨ ਭਰਾਵੋ ਇਹ ਬੂਟੇ ਦੇ ਨਾਲੋਂ ਇੱਕ ਮੁੰਜਰ ਤੋੜੀ ਐ ਥੱਲੋਂ ਬੰਸਰੀ ਫੁੱਲੀ ਹੋਈ ਐ ਆ ਤਿੰਨ ਚਾਰ ਪੱਤੇ ਐ ਤੇ ਆ ਜਿਹੜਾ ਨਿਕਲਿਆ ਆਉਂਦਾ ਆ ਰਿਹਾ ਇਹ ਝੰਡਾ ਪੱਤਾ ਐ ਜੇਦੋਂ ਇਹ ਚੰਗੀ ਤਰ੍ਹਾਂ ਬਾਹਰ ਨਿਕਲ ਜੇ ਤੁਹਾਡਾ ਜੋ ਬੈਮ ਹੈਗਾ ਜੋ ਤੁਹਾਡੇ ਕੋਲੇ ਜੰਤ ਮੰਤਰ ਹਥਿਆਰ ਹੈਗੇ ਆ ਉਹ ਚਲਾ ਲਓ ਜੀ ਚاہے ਤਾਕਤ ਵਾਲੇ ਐਨਪੀਕੇ ਸਪਰੇਆ ਚਾਹੇ ਫੰਗੀ ਸਾਇਡ ਆ ਬਟ ਬੇਨਤੀ ਹੈ ਵੀ ਚਟਰੰਗਾ ਬਣਾ ਬਣਾ ਕੇ ਨਾ ਸਪਰੇ ਕਰੋ ਜਿਹੜੀ ਚੀਜ਼ ਘੁਲਦੀ ਨਹੀਂ ਹੈਗੀ ਉਹਨੂੰ ਅਲੱਗ ਕਰ ਲਓ ਦੋ ਸਪਰੇਹਾ ਕੱਢ ਲਓ ਚਾਰ ਤਿੰਨ ਤਿੰਨ ਦਿਨਾਂ ਦੇ ਫਰਕ ਤੇ ਤਾਂ ਬੂਟੇ ਨੂੰ ਸਟ੍ਰੈਸ ਨਾ ਦਿਓ ਇਸ ਕੰਡੀਸ਼ਨ ਦੇ ਵਿੱਚ ਜਦੋਂ ਵੀ ਇਹ ਕੰਡੀਸ਼ਨ ਬਣਦੀ ਹੈ ਬਾਣ ਨੂੰ ਖੇਤ ਨੂੰ ਗਿੱਲਾ ਰੱਖੋ ਜਦੋਂ ਮੁੰਜਰ ਬਾਹਰ ਆ ਗਈ ਆਪਾਂ ਇਹਦੇ ਵਿੱਚ 1 ਇੰਚ ਪਾਣੀ ਖੜਾ ਰੱਖਣਾ ਹੋਰ ਕੋਈ ਕੰਮ ਨਹੀਂ ਆਪਣਾ ਤੇ ਆਪਾਂ ਲੱਗੇ ਹੋਏ ਆ ਪੰਜ ਪੰਜ ਸਪਰੇਹਾ ਮਿਕਸ ਕਰਕੇ ਤੇ ਉਹਦੇ ਨਾਲ ਆਪਣੇ ਝੋਨੇ ਦਾ ਬੂਟੇ ਦੇ ਜਿਹੜੇ ਸਟ੍ਰੈਸ ਪੈਦਾ